ਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਕਾਫੀ ਕੈਂਡੀਡੇਟ ਮੈਂ ਤੁਹਾਨੂੰ ਇੰਸਟਾਗ੍ਰam ਤੇ ਸਵਾਲ ਪੁੱਛ ਰਿਹਾ ਨੇ ਕਿ ਸਰ ਪੀਐਸਪੀਸੀਆਰ ਕਲਰਕ ਦਾ ਜਿਹੜਾ ਐਗਜ਼ਾਮ ਡੇਟ ਆ ਉਹ ਕਦੋਂ ਅਨਾਉਂਸਮੈਂਟ ਹੋਵੇਗੀ ਹਾਲੇ ਤੱਕ ਐਗਜ਼ਾਮ ਦੀ ਡੇਟ ਤਾਂ ਅਨਾਉਂਸਮੈਂਟ ਹੋਈ ਨਹੀਂ ਆ ਪਰ ਆਉਣ ਵਾਲੇ 10-12 ਦਿਨਾਂ ਦੇ ਅੰਦਰ ਅੰਦਰ ਸ਼ੋਰ ਡੈਫੀਨਿਟਲੀ ਜਿਹੜੀ ਐਗਜ਼ਾਮ ਦੀ ਡੇਟ ਅਨਾਉਂਸਮੈਂਟ ਹੋ ਜਾਵੇਗੀ ਬਾਕੀ ਤੁਸੀਂ ਚਾਹੋ ਤਾਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਨਹੀਂ ਤਾਂ ਮੈਨੂੰ ਇਸ ਇੰਸਟਾਗ੍ਰam ਆਈਡੀ ਤੇ ਫੋਲੋ ਕਰਕੇ ਪੂਰੀ ਜਾਣਕਾਰੀ ਤੁਸੀਂ ਰੈਗੂਲਰਲੀ ਹੀ ਅਪਡੇਟ ਲੈ ਸਕਦੇ ਹੋ ਪੀਐਸਪੀਸੀਲ ਕਲਰਕ ਦੀ ਜੋਬ ਦੇ ਰਿਗਾਰਡਿੰਗ ਤੇ ਕਾਫੀ ਬੱਚੇ ਕਨਫਿਊਜ਼ ਨੇ ਸਿਲੇਬਸ ਐਂਡ ਬੁਕਸ ਦੇ ਰਿਗਾਰਡਿੰਗ ਤੇ ਇਹ ਜਿਹੜਾ ਕਲਰਕ ਦਾ ਸਿਲੇਬਸ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਟੈਟਿਕ ਕਰੰਟ ਅਫੇਅਰ ਜਨਰਲ ਨੋਲੇਜ ਦੇ ਵੀ ਕੁਐਸਚਨ ਹੋਣਗੇ ਬੇਸਿਕ ਕੰਪਿਊਟਰ ਦੇ ਹੋਣਗੇ ਤੇ ਲੌਜੀਕਲ ਰੀਜ਼ਨਿੰਗ ਕੁਆਂਟੀਟੇਟਿਵ ਐਪਟੀਟਿਊਡ ਦੇ 25 ਕੁਐਸਚਨ ਹੋਣਗੇ ਇਸ ਤੋਂ ਇਲਾਵਾ ਨੰਮੈਰੀਕਲ ਐਪਟੀਟਿਊਡ ਦੇ ਤੇ ਜਰਨਲ ਇੰਗਲਿਸ਼ ਤੇ ਐਪਟੀਟਿਊਡ ਰਿਲੇਟਡ ਵੀ ਕੁਐਸਚਨ ਹੋਣਗੇ ਟੋਟਲ ਜਿਹੜੇ ਕੁਐਸਚਨ ਹੋਣਗੇ ਉਹ 100 ਨੰਬਰਾਂ ਦੇ ਕੁਐਸਚਨ ਇਗਜ਼ਾਮ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਹੁਣ ਅੱਜ ਤੋਂ ਰੈਗੂਲਰਲੀ ਹੀ ਇੱਕ ਕਲਾਸ ਮੈਂ ਤੁਹਾਨੂੰ ਇਹਨਾਂ ਸਿਲੇਬਸ ਦੇ ਰਿਗਾਰਡਿੰਗ ਪੀਐਸਪੀਸੀਐਲ ਕਲਰਕ ਦੇ ਰਿਗਾਰਡਿੰਗ ਜਿਹੜੀ ਵੀ ਇੰਪੋਰਟੈਂਟ ਕੁਐਸਚਨਾਂ ਦੀ ਕਲਾਸ ਹੋਵੇਗੀ ਉਹ ਤੁਹਾਨੂੰ ਮੈਂ ਆਪਣੇ ਚੈਨਲ ਤੇ ਪ੍ਰੋਵਾਈਡ ਕਰਾਇਆ ਕਰਾਂਗਾ ਜੇ ਇਗਜ਼ਾਮ ਦੀ ਤਿਆਰੀ ਨੂੰ ਤੁਸੀਂ ਪਰਫੈਕਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਕਲਾਸਾਂ ਨੂੰ ਜ਼ਰੂਰ ਔਰ ਜਿਹੜੇ ਬੱਚਿਆਂ ਨੇ ਬੁੱਕ ਨਹੀਂ ਖਰੀਦੀ ਇਸ ਸਿਲੇਬਸ ਦੇ ਰਿਕਾਰਡਿੰਗ ਇਸ ਪੋਸਟ ਦੇ ਰਿਗਾਰਡਿੰਗ ਬੁੱਕ ਨਹੀਂ ਖਰੀਦੀ ਤਾਂ ਬੁੱਕ ਦਾ ਲਿੰਕ ਵੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਕਰਨਾ ਕੀ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਣਾ ਹੈ ਉੱਥੇ ਤੁਹਾਨੂੰ ਇੱਕ ਲਿੰਕ ਮਿਲੇਗਾ ਲਿੰਕ ਤੇ ਕਲਿੱਕ ਕਰਕੇ ਸਿੱਧਾ Amazon ਤੇ ਜਾ ਕੇ ਤੁਸੀਂ ਕੈਸ਼ ਔਨ ਡਿਲੀਵਰੀ ਤੇ ਉਸ ਬੁੱਕ ਨੂੰ ਆਰਡਰ ਕਰ ਸਕਦੇ ਹੋ ਓਕੇ ਦੋਸਤੋ ਜੇ ਹੋਰ ਕੋਈ ਸਵਾਲ ਤੁਹਾਡੇ ਮਨ ਵਿੱਚ ਹੈ ਤਾਂ ਇਹ ਮੇਰਾ Instagram ID ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ